सब्सक्राइब करो चढ़दिकला टाइम टीवी नू ते लेटेस्ट अपडेट पाउन लई प्रेस करो बेल आइकन। ਸਤਿ ਸ਼੍ਰੀ ਅਕਾਲ ਜੀ, ਮੈਂ ਸਵਾਤੀ ਸਕਸੈਨਾ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਵੇਖ ਰਹੇ ਆਪ ਸਭ ਦਾ ਸਵਾਗਤ ਕਰਦੇ ਹਾਂ ਖਬਰ ਸ਼ੁਰੂਆਤਾਂ ਦੀਆਂ ਹੈਡਲਾਈਨਸ ਤੇ। ਅਯੋਧਿਆ ਮਾਮਲੇ ਵਿੱਚ ਫੈਸਲਾ ਦੇਣ ਤੋਂ ਬਾਅਦ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੂੰ ਦਿੱਤੀ ਜਾਵੇਗੀ ਜ਼ੈਡ ਪਲੱਸ ਸੁਰੱਖਿਆ। ਰਿਟਾਇਰਮੈਂਟ ਤੋਂ ਬਾਅਦ ਰੰਜਨ ਗੋਗੋਈ ਨੂੰ ਦਿੱਤੀ ਜਾਵੇਗੀ ਜ਼ੈਡ ਪਲੱਸ ਸੁਰੱਖਿਆ। ਦਿੱਲੀ ਪੁਲਿਸ ਤੋਂ ਬਾਅਦ ਵਕੀਲਾਂ ਨੇ ਵੀ ਖਤਮ ਕੀਤੀ ਹੜਤਾਲ, ਅਦਾਲਤਾਂ ਵਿੱਚ ਕੀਤੀ ਵਾਪਸੀ। ਕੰਪਲੈਕਸ ਵਿੱਚ ਵਕੀਲਾਂ ਅਤੇ ਪੁਲਿਸ ਦਰਮਿਆਨ ਹੋਈ ਸੀ ਝੜਪ। ਦਿੱਲੀ ਵਾਸੀਆਂ ਨੂੰ ਨਹੀਂ ਮਿਲ ਰਹੀ ਪ੍ਰਦੂਸ਼ਣ ਤੋਂ ਰਾਹਤ, ਹਵਾ ਦੀ ਗੁਣਵੱਤਾ ਗੰਭੀਰ। ਉੱਧਰ ਸੁਪਰੀਮ ਕੋਰਟ ਨੇ ਤਲਬ ਕੀਤੇ ਪੰਜਾਬ, ਹਰਿਆਣਾ, ਯੂਪੀ ਅਤੇ ਦਿੱਲੀ ਦੇ ਮੁੱਖ ਸਕੱਤਰ। ਖਾਨਾ ਵਿੱਚ ਵੱਡੀ ਵਾਰਦਾਤ, ਸਵੇਰੇ ਸਾਰ ਔਰਤ ਦਾ ਗੋਲੀਆਂ ਮਾਰ ਕੇ ਕਤਲ। ਹਮਲਾਵਰਾਂ ਵੱਲੋਂ ਇੱਕ ਨੂੰ ਪਿੰਡ ਵਾਸੀਆਂ ਨੇ ਕੀਤਾ ਕਾਬੂ, ਚਾੜਿਆ ਕੀਤਾ ਪੁਲਿਸ ਹਵਾਲੇ, ਜਾਂਚ ਜਾਰੀ। ਹੁਣ ਖਬਰਾਂ ਵਿਸਥਾਰ ਨਾਲ। ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੂੰ ਆਸਾਮ ਵਿੱਚ ਜ਼ੈਡ ਪਲੱਸ ਸੁਰੱਖਿਆ ਦਿੱਤੀ ਜਾਵੇਗੀ, ਜਿੱਥੇ ਉਹ 17 ਨਵੰਬਰ ਨੂੰ ਰਿਟਾਇਰਮੈਂਟ ਤੋਂ ਬਾਅਦ ਰਹਿਣਗੇ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਅਯੋਧਿਆ ਮਾਮਲੇ ਵਿੱਚ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਰੰਜਨ ਗੋਗੋਈ ਅਤੇ 4 ਹੋਰ ਜੱਜਾਂ ਦੀ ਸੁਰੱਖਿਆ ਵਧਾਈ ਗਈ ਸੀ। ਆਸਾਮ ਪੁਲਿਸ ਨੂੰ ਗੋਗੋਈ ਦੇ ਡਿਬਰੂਗੜ੍ਹ ਸਥਿਤ ਜੱਦੀ ਘਰ ਅਤੇ ਗੁਹਾਟੀ ਵਿੱਚ ਦੂਜੇ ਘਰ ਦੀ ਸੁਰੱਖਿਆ ਦੇ ਬੰਦੋਬਸਤ ਕਰਨ ਦੇ ਆਦੇਸ਼ ਦਿੱਤੇ ਗਏ ਨੇ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਆਖਿਆ ਹੈ ਕਿ ਮੰਤਰਾਲੇ ਕਿਸੇ ਵਿਅਕਤੀਗਤ ਦੀ ਸੁਰੱਖਿਆ 'ਤੇ ਕਮੈਂਟ ਨਹੀਂ ਕਰਨਾ ਚਾਹੇਗਾ। ਹਾਲਾਂਕਿ ਸੂਤਰਾਂ ਦਾ ਆਖਣਾ ਹੈ ਕਿ ਗੋਗੋਈ ਅਤੇ 4 ਹੋਰ ਜੱਜਾਂ ਦੀ ਸੁਰੱਖਿਆ ਖਤਰੇ ਦੇ ਖਦਸ਼ੇ ਨੂੰ ਟਾਲਣ ਲਈ ਵਧਾਈ ਗਈ ਹੈ। ਗੋਗੋਈ ਨੂੰ ਸਰਵਉੱਚ ਸੁਰੱਖਿਆ ਦਿੱਤੀ ਗਈ ਹੈ, ਤਾਂ ਉੱਥੇ ਹੀ ਦੂਸਰੇ ਜੱਜਾਂ ਨੂੰ ਵਿਆਪਕ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਦਿੱਲੀ ਵਿੱਚ ਵਕੀਲਾਂ ਨੇ ਦੇਰ ਸ਼ਾਮ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ। 30 ਹਜ਼ਾਰੀ ਕੋਰਟ ਕੰਪਲੈਕਸ ਵਿੱਚ ਵਕੀਲਾਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਤੋਂ ਬਾਅਦ 2 ਨਵੰਬਰ ਤੋਂ ਵਕੀਲ ਹੜਤਾਲ 'ਤੇ ਸਨ। ਵਕੀਲਾਂ ਨੇ ਆਖਿਆ ਕਿ ਹੜਤਾਲ ਖਤਮ ਹੋਣ ਤੋਂ ਬਾਅਦ ਦਿੱਲੀ ਦੀ ਸਾਰੇ ਅਦਾਲਤਾਂ ਵਿੱਚ ਸ਼ਨੀਵਾਰ ਤੋਂ ਕੰਮ ਸ਼ੁਰੂ ਹੋ ਜਾਵੇਗਾ। ਉੱਧਰ ਦਿੱਲੀ ਪੁਲਿਸ ਵੀ ਸ਼ੁੱਕਰਵਾਰ ਨੂੰ ਕੰਮ 'ਤੇ ਵਾਪਸੀ ਕਰ ਚੁੱਕੀ ਹੈ। ਦਿੱਲੀ ਵਿੱਚ ਆਲ ਬਾਰ ਐਸੋਸੀਏਸ਼ਨ ਦੇ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਮਹਾਵੀਰ ਸ਼ਰਮਾ ਨੇ ਆਖਿਆ ਕਿ ਅਸੀਂ ਅਦਾਲਤ ਦੇ ਹੁਕਮਾਂ ਦੀ ਇੱਜ਼ਤ ਕਰਦੇ ਹਾਂ ਅਤੇ ਕੰਮ 'ਤੇ ਵਾਪਸੀ ਕਰਨ ਦਾ ਫੈਸਲਾ ਲੈਂਦੇ ਹਾਂ। ਸ਼ਨੀਵਾਰ ਨੂੰ ਸਾਰੇ ਕੰਮ 'ਤੇ ਹੋਣਗੇ। ਅਸੀਂ ਸਾਰੇ ਸਮੂਹਾਂ ਵੱਲੋਂ ਸਾਥ ਦੇਣ ਦਾ ਧੰਨਵਾਦ ਕਰਦੇ ਹਾਂ। ਦੱਸ ਦਈਏ ਕਿ ਅਦਾਲਤ ਕੰਪਲੈਕਸ ਵਿੱਚ 2 ਨਵੰਬਰ ਨੂੰ ਪਾਰਕਿੰਗ ਵਿਵਾਦ ਤੋਂ ਬਾਅਦ ਪੁਲਿਸ ਨੇ ਵੀਰਵਾਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਵਿਵਾਦ ਤੋਂ ਬਾਅਦ ਵਕੀਲਾਂ ਅਤੇ ਪੁਲਿਸ ਨੇ ਵਫਕ ਰੈਲੀਆਂ ਕਰ ਨਿਆਂ ਦੀ ਮੰਗ ਕੀਤੀ ਸੀ। ਇਸ ਝੜਪ ਤੋਂ ਬਾਅਦ ਪੁਲਿਸ ਨੇ 30 ਹਜ਼ਾਰੀ ਕੋਟ ਦੀ ਸੁਰੱਖਿਆ ਦਾ ਕੰਮ ਵੇਖਣਾ ਬੰਦ ਕਰ ਦਿੱਤਾ ਸੀ। ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸੰਬੰਧ ਰਜਤ ਸ਼ਰਮਾ ਨੇ ਆਖਿਆ ਕਿ ਅਜਿਹਾ ਲੱਗਦਾ ਹੈ ਕਿ DDCA ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਸਿਧਾਂਤਾਂ ਦੇ ਨਾਲ ਚੱਲਣਾ ਸੰਭਵ ਨਹੀਂ ਹੈ ਅਤੇ ਮੈਂ ਕਿਸੇ ਵੀ ਕੀਮਤ 'ਤੇ ਸਮਝੌਤਾ ਕਰਨ ਲਈ ਤਿਆਰ ਨਹੀਂ ਹਾਂ। ਧੰਨਵਾਦੀਆਂ। ਕੁਛ ਹੋਰ ਖਬਰਾਂ ਵੱਲ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ ਸਵੇਰੇ ਪ੍ਰਦੂਸ਼ਣ ਦੇ ਪੱਧਰ ਵਿੱਚ ਥੋੜ੍ਹੀ ਗਿਰਾਵਟ ਆਈ ਹੈ। ਹਾਲਾਂਕਿ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਹੁਣ ਵੀ ਗੰਭੀਰ ਸ਼੍ਰੇਣੀ ਵਿੱਚ ਬਣੀ ਹੋਈ ਹੈ। ਦਿੱਲੀ ਵਿੱਚ ਅੱਜ ਸਵੇਰੇ 8 ਵਜੇ ਦੇ ਕਰੀਬ ਹਵਾ ਦੀ ਗੁਣਵੱਤਾ 412 ਦਰਜ ਕੀਤੀ ਗਈ। ਦੱਸਣਯੋਗ ਹੈ ਕਿ 201 ਤੋਂ 300 ਦਰਮਿਆਨ ਹਵਾ ਦੀ ਗੁਣਵੱਤਾ ਨੂੰ ਖਰਾਬ ਅਤੇ 301 ਤੋਂ 400 ਦਰਮਿਆਨ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਅਤੇ 401 ਤੋਂ 500 ਦਰਮਿਆਨ ਗੰਭੀਰ ਮੰਨਿਆ ਜਾਂਦਾ ਹੈ। ਉਧਰ ਸੁਪਰੀਮ ਕੋਰਟ ਨੇ ਦਿੱਲੀ NCR ਵਿੱਚ ਹਵਾ ਪ੍ਰਦੂਸ਼ਣ 'ਤੇ ਰੋਕ ਲਗਾਉਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਹਾਸਲ ਕਰਨ ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਮੁੱਖ ਸਕੱਤਰਾਂ ਨੂੰ ਤਲਬ ਕੀਤਾ।
ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਆਖਿਆ ਹੈ ਕਿ ਹਵਾ ਪ੍ਰਦੂਸ਼ਣ ਘੱਟ ਕਰਨ ਲਈ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਨੇ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਵਾਲੇ 13 ਪ੍ਰਮੁੱਖ ਸਥਾਨਾਂ ਨੂੰ ਪ੍ਰਦੂਸ਼ਕਾਂ ਤੋਂ ਮੁਕਤ ਕੀਤਾ ਜਾਣਾ ਚਾਹੀਦਾ। ਸਰਵਉੱਚ ਅਦਾਲਤ ਨੇ ਓਡੀਵਨ ਯੋਜਨਾ ਤੋਂ 2-ਪਹੀਆ ਅਤੇ 3-ਪਹੀਆ ਵਾਹਨਾਂ ਨੂੰ ਛੋਟ ਪ੍ਰਦਾਨ ਕਰਨ 'ਤੇ ਸਰਕਾਰ ਤੋਂ ਜਵਾਬ ਮੰਗਿਆ ਅਤੇ ਆਖਿਆ ਕਿ ਯੋਜਨਾ ਲਾਗੂ ਹੋਣ ਦੇ ਬਾਵਜੂਦ ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ। ਅਦਾਲਤ ਨੇ ਗੁਆਂਢੀ ਸੂਬਿਆਂ ਵਿੱਚ ਪਰਾਲੀ ਸਾੜਨ ਵਿੱਚ ਕਟੌਤੀ ਕੀਤੇ ਜਾਣ ਦੇ ਬਾਵਜੂਦ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੋਣ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਉੱਥੇ ਦਿੱਲੀ ਸਰਕਾਰ ਦੀ ਬੈਂਚ ਨੇ ਆਖਿਆ ਹੈ ਕਿ ਉਸਦੀ ਓਡ ਈਵਨ ਯੋਜਨਾ ਪ੍ਰਦੂਸ਼ਣ ਘੱਟ ਕਰਨ ਵਿੱਚ ਮਦਦਗਾਰ ਹੋਈ ਹੈ ਅਤੇ ਇਸ ਖੇਤਰ ਵਿੱਚ ਪ੍ਰਦੂਸ਼ਣ ਦਾ ਮੁੱਖ ਕਾਰਨ ਪਰਾਲੀ ਨੂੰ ਸਾੜਨਾ ਹੈ। ਉੱਥੇ ਪਰਾਲੀ ਨਾ ਸਾੜਨ ਨੂੰ ਲੈ ਕੇ ਜਿੱਥੇ ਸੂਬਾ ਸਰਕਾਰਾਂ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਨੇ, ਅਜਿਹੇ ਵਿੱਚ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਕਿਸਾਨ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਰਹੇ ਨੇ। ਸਰਕਾਰ ਨੇ ਲਗਾਤਾਰ 4th ਸਾਲ ਪਠਾਨਕੋਟ ਨੂੰ ਪ੍ਰਦੂਸ਼ਣ ਰਹਿਤ ਜ਼ਿਲ੍ਹਾ ਦੀ ਖਿਤਾਬ ਦਿੱਤਾ। ਡੀਸੀ ਰਾਮਵੀਰ ਨੇ ਵੀਰਵਾਰ ਨੂੰ ਮਿੰਨੀ ਸਕੱਤਰੇਤ ਵਿੱਚ ਜ਼ਿਲ੍ਹੇ ਦੇ 570 ਕਿਸਾਨਾਂ ਨੂੰ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ। ਪਠਾਨਕੋਟ ਵਿੱਚ 2017 ਵਿੱਚ 12 ਅਤੇ 2018 ਵਿੱਚ ਪਰਾਲੀ ਸਾੜਨ ਦੇ ਮਹਿਜ 9 ਮਾਮਲੇ ਸਾਹਮਣੇ ਆਏ ਸਨ, ਜਦਕਿ ਇਸ ਸਾਲ ਪਰਾਲੀ ਸਾੜਨ ਦੇ ਮਹਿਜ 2 ਮਾਮਲੇ ਹੀ ਸਾਹਮਣੇ ਆਏ ਨੇ। ਜਿਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਅੱਗ ਲਗਾਈ ਉਹਨਾਂ 'ਤੇ ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਇੱਕ ਮਾਮਲੇ ਵਿੱਚ ਸਰਪੰਚ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਸੀ। ਜ਼ਿਲ੍ਹੇ ਵਿੱਚ ਕਿਸਾਨਾਂ ਨੇ 27,000 ਹੈਕੇਅਰ ਵਿੱਚ ਝੋਨੇ ਦੀ ਬਿਜਾਈ ਕੀਤੀ, ਜਿਸ ਵਿੱਚ ਕਰੀਬ 80,000 ਮੀਟ੍ਰਿਕ ਟਨ ਝੋਨੇ ਦੀ ਪੈਦਾਵਾਰ ਦੇ ਨਾਲ 1.5 ਲੱਖ ਮੀਟ੍ਰਿਕ ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ। ਇਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਨੇ ਵੱਡੇ ਪੱਧਰ 'ਤੇ ਕਿਸਾਨਾਂ ਤੱਕ ਸੁਨੇਹੇ ਭੇਜੇ, ਜਿਸ ਤੋਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਪਰਾਲੀ ਗੁਰਜਰ ਭਾਈਚਾਰੇ ਨੂੰ ਵੇਚੀ। 4,200 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਕਿਸਾਨਾਂ ਨੇ ਪਰਾਲੀ ਵੇਚ 112,08,75,000 ਰੁਪਏ ਦੀ ਕਮਾਈ ਕੀਤੀ ਹੈ। ਹੁਣ ਵਧਦੇ ਹਾਂ ਕੁਛ ਹੋਰ ਖਬਰਾਂ ਵੱਲ। MiG-29 ਕੇ ਲੜਾਕੂ ਜਹਾਜ਼ ਦੇ ਗੋਆ ਵਿੱਚ ਹਾਦਸਾਗ੍ਰਸਤ ਹੋਣ ਦੀ ਖਬਰ ਮਿਲੀ ਹੈ। ਭਾਰਤੀ ਜਲ ਸੈਨਾ ਦੇ ਸੂਤਰਾਂ ਮੁਤਾਬਕ ਇਸ ਜਹਾਜ਼ ਨੇ ਸਿਖਲਾਈ ਮਿਸ਼ਨ ਲਈ ਉਡਾਨ ਭਰੀ ਸੀ, ਹਾਲਾਂਕਿ ਹਾਦਸੇ ਦੌਰਾਨ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਨੇ। ਬਿਹਾਰ ਦੇ ਮੋਤੀਹਾਰੀ ਵਿੱਚ ਬੋਇਲਰ ਫਟਣ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਬੋਇਲਰ ਫਟਣ ਨਾਲ 4 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਹਾਦਸਾ ਅੱਜ ਸਵੇਰੇ ਵਾਪਰਿਆ, ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੋਤੀਹਾਰੀ ਦੇ ਸੁਗੋਲੀ ਸਥਿਤ ਇੱਕ NGO ਦੀ ਰਸੋਈ ਵਿੱਚ ਇਹ ਹਾਦਸਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਰਸੋਈ ਵਿੱਚ ਸਕੂਲੀ ਬੱਚਿਆਂ ਲਈ ਮਿਡ ਡੇ ਮੀਲ ਤਿਆਰ ਕੀਤੀ ਜਾ ਰਹੀ ਸੀ, ਇਸੇ ਦੌਰਾਨ ਬੋਇਲਰ ਫਟ ਗਿਆ। ਹਾਦਸੇ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮੱਚ ਗਿਆ। ਪੁਲਿਸ ਹਾਦਸੇ ਵਾਲੀ ਜਗ੍ਹਾ 'ਤੇ ਮੌਜੂਦ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ 8 ਹਫ਼ਤਿਆਂ ਦੇ ਅੰਦਰ ਸਾਰੀਆਂ ਫਸਲਾਂ 'ਤੇ ਘੱਟੋ ਘੱਟ ਸਮਰਥਨ ਮੁੱਲ ਬਾਰੇ ਫੈਸਲਾ ਲੈਣ। ਇਸ ਸੰਬੰਧੀ ਪਟੀਸ਼ਨਰ ਦੇ ਸੌਂਪੇ ਮੀਮੋ 'ਤੇ ਕੇਂਦਰ ਪੰਜਾਬ ਅਤੇ ਹਰਿਆਣਾ ਸਰਕਾਰ 8 ਹਫ਼ਤਿਆਂ ਵਿੱਚ ਫੈਸਲਾ ਲੈਣ ਲਈ ਅਦਾਲਤ ਨੇ ਆਖਿਆ ਕਿ ਸਰਕਾਰੀ ਅਦਾਰਿਆਂ ਵਿੱਚ ਪਏ ਖੇਤੀਬਾੜੀ ਯੰਤਰਾਂ ਦੀ ਵਰਤੋਂ ਕਰਨ ਦੀ ਕਿਸਾਨਾਂ ਨੂੰ ਛੋਟ ਦਿੱਤੀ ਜਾਵੇ। ਮੋਹਾਲੀ ਵਾਸੀ ਰਾਮ ਕੁਮਾਰ ਨੇ ਪਟੀਸ਼ਨ ਵਿੱਚ ਆਖਿਆ ਕਿ ਕੇਂਦਰ ਸਰਕਾਰ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਤੈਅ ਲਈ ਹੁਣ ਤੱਕ ਕੁਝ ਨਹੀਂ ਕੀਤਾ ਗਿਆ। ਪਟੀਸ਼ਨਰ ਨੇ ਆਖਿਆ ਕਿ ਸਾਲ 2010 ਵਿੱਚ ਕੇਂਦਰ ਸਰਕਾਰ ਨੇ ਗੁਜਰਾਤ ਦੇ ਤਤਕਾਲੀਨ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਵਰਕਿੰਗ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਆਪਣੀਆਂ ਸਿਫਾਰਸ਼ਾਂ ਵਿੱਚ ਕਿਸਾਨਾਂ ਦੀ ਭਲਾਈ ਲਈ ਫਸਲਾਂ 'ਤੇ MSP ਦੀ ਸਿਫਾਰਿਸ਼ ਕੀਤੀ ਸੀ। ਉਹਨਾਂ ਆਖਿਆ ਕਿ 8 ਸਾਲ ਤੋਂ ਸਰਕਾਰਾਂ ਸਿਫਾਰਸ਼ਾਂ ਨੂੰ ਲਾਗੂ ਕਰਾਉਣ ਦੀ ਦਿਸ਼ਾ ਵਿੱਚ ਕੋਈ ਕਾਰਵਾਈ ਨਹੀਂ ਕਰ ਸਕੀਆਂ ਨੇ। ਖੰਨਾ ਦੇ ਪਿੰਡ ਭੂਮਦੀ ਦੀ ਵਿੱਚ ਇੱਕ ਮਹਿਲਾ ਨੂੰ 2 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਗੋਲੀਆਂ ਲੱਗਣ ਕਾਰਨ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ ਹੈ। ਇਸ ਦੌਰਾਨ ਔਰਤ ਦਾ ਬਚਾਅ ਕਰਨ ਆਏ ਉਸਦੇ ਗੁਆਂਢੀ ਦੇ ਵੀ ਗੋਲੀ ਲੱਗੀ ਹੈ, ਜਿਸ ਨੂੰ ਪਹਿਲਾਂ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਔਰਤ ਨੂੰ ਗੋਲੀਆਂ ਮਾਰਨ ਵਾਲੇ 2 ਹਮਲਾਵਰਾਂ ਵਿੱਚੋਂ ਇੱਕ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਫਿਲਹਾਲ ਵਾਰਦਾਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮਾਮਲੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਭੁਮੱਦੀ 'ਚ ਜਸਵੀਰ ਕੌਰ ਲੇਡੀ ਹੈ, ਜਿਹਦੀ ਏਜ ਹੈਗੀ ਹੈ 40 ਸਾਲ, ਇਹ ਵਿਡੋ ਆ। ਇਹਦਾ ਗੋਲੀ ਮਾਰ ਕੇ ਮਰਡਰ ਕਰਤਾ। ਇਹਦੇ ਸੰਬੰਧ 'ਚ ਅਸੀਂ ਉਹਦੀ ਡੈੱਡ ਬਾਡੀ ਨੂੰ ਸਿਵਲ ਹੋਸਪਿਟਲ ਰਖਵਾ ਤਾ ਮੌਚਰੀ 'ਚ। ਕੇਸ ਰਜਿਸਟਰ ਕਰਕੇ
ਅਗਲੀ ਕਾਰਵਾਈ ਦੀ ਤਫਤੀਸ਼ ਕਰਕੇ ਇਹਦੇ ਸਾਰੇ ਕਾਰਨਾਂ ਦਾ ਜਾਣਿਆ ਜਾਊਗਾ, ਕਿਉਂ ਮਰਡਰ ਕੀਤਾ ਗਿਆ, ਇਹਦਾ ਮਰਡਰ ਕਰਨ ਦਾ ਕੀ ਰੀਜ਼ਨ ਹੈ। ਉਸੇ ਚੀਜ਼ ਦੇ ਵੈਰੀਫਿਕੇਸ਼ਨ ਕਰ ਰਹੇ ਹਾਂ ਕਿ ਇਹਦਾ ਕੀ ਰੀਜ਼ਨ ਸੀ, ਕੌਣ ਕੌਣ ਆਇਆ ਸੀ, ਕੀ ਸਾਰਾ ਡਿਟੇਲ ਹੈਗੀ ਹੈ, ਫਰਦਰ ਇਨਵੈਸਟੀਗੇਸ਼ਨ ਸਾਰਾ ਉਹ ਕਲੀਅਰ ਕੀਤਾ। ਅਮਰੋਹ ਲਾਗੇ ਮੀਆਂਪੁਰ ਪਿੰਡ ਆ, ਉੱਥੋਂ ਦਾ ਰਹਿਣ ਵਾਲਾ। ਕਿੰਨੇ ਬੰਦੇ ਸੀਗੇ? ਇਹ ਦੋ ਬੰਦੇ ਸੀ, ਇੱਕ ਬੰਦਾ ਭੱਜ ਗਿਆ, ਇੱਕ ਰਹਿ ਗਿਆ। ਅੰਮ੍ਰਿਤਸਰ ਵਿੱਚ 2 ਦਿਨ ਪਹਿਲਾਂ CRPF ਦੇ ਇੰਸਪੈਕਟਰ ਦੀ ਪਤਨੀ ਬਲਜੀਤ ਕੌਰ ਦੀ ਦਿਨ ਦਿਹਾੜੇ ਘਰ ਵਿੱਚ ਹੱਤਿਆ ਕਰਨ ਦੇ ਮਾਮਲੇ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਦੋਸ਼ੀ ਹੋਰ ਕੋਈ ਨਹੀਂ ਬਲਕਿ ਮ੍ਰਿਤਕ ਔਰਤ ਦਾ ਪਤੀ CRPF ਇੰਸਪੈਕਟਰ ਗੁਰਮਿੰਦਰ ਸਿੰਘ ਹੀ ਸੀ, ਜਿਸ ਨੇ ਆਪਣੀ ਪ੍ਰੇਮਿਕਾ ਲਈ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਨੇ ਆਖਿਆ ਕਿ ਕਤਲ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਹੋ ਚੁੱਕੀ ਹੈ। ਸੁਖਦੀਪ ਸਿੰਘ ਅਤੇ ਦੇਸਾ ਨਾਂ ਦੇ ਨੌਜਵਾਨਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ 5 ਲੱਖ ਰੁਪਏ ਦੀ ਸੁਪਾਰੀ ਮਿਲੀ ਸੀ। ਇਹੀ ਮੇਨ ਦੋਸ਼ੀ ਪਾਇਆ ਗਿਆ ਜਿਹਦੇ ਵਿੱਚ, ਔਰ ਇਹਦਾ ਗੁਰਵਿੰਦਰ ਸਿੰਘ ਦਾ ਇੱਕ ਵੀਰਪਾਲ ਕੌਰ ਨਾਮ ਦੀ ਲੇਡੀ ਹੈ ਜਲੰਧਰ ਦੀ, ਉਹਦੇ ਨਾਲ ਇਲੀਸਿਟ ਰਿਲੇਸ਼ਨ ਸੀਗੇ। ਇਹਨਾਂ ਨੇ ਇਕੱਠੇ ਇਨ ਕਰਾਈਮੈਂਸ ਕੇ ਵੀ ਕਿਸ ਤਰੀਕੇ ਨਾਲ ਇਹਨੂੰ ਮਾਰਿਆ ਜਾਵੇ। ਇਹਨਾਂ ਨੇ ਅੱਗੇ ਇੱਕ ਗੁਰਵਿੰਦਰ ਸਿੰਘ ਬਾਬਾ ਹੈਗਾ ਡੱਬ ਵਾਲੀ ਦਾ, ਉਹਦੇ ਨਾਲ ਇਹਨਾਂ ਨੇ ਕੌਨਸਪੀਰੇਸੀ ਕੀਤੀ। ਉਹ ਬਾਬੇ ਨੂੰ ਇਹਨਾਂ ਨੇ 5 ਲੱਖ ਰੁਪਇਆ ਸੁਪਾਰੀ ਦੇਣੀ ਕੀਤੀ ਸੀਗੀ ਇਸ ਮਰਡਰ ਦੇ ਵਾਸਤੇ। ਫਰਦਰ ਜਿਹੜੇ ਦੋ ਬੰਦੇ ਇੱਥੇ ਆਏ ਸੀਗੇ, ਜਿਹੜੇ ਤੁਸੀਂ ਆਪਾਂ ਵੀ ਦੇਖਿਆ ਵਾ, ਉਹਦੇ ਵਿੱਚ ਇੱਕ ਸੁਖਦੀਪ ਸਿੰਘ ਦੀਪਾ ਔਰ ਇੱਕ ਦੇਸਾ ਪੁੱਤਰ ਜਗਤਾਰ ਸਿੰਘ, ਇੱਕ ਸੇਖਵਾਂ ਥਾਣਾ ਰਾਮਾ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਵਾ, ਦੂਸਰਾ ਜਿਹੜਾ ਉਹ ਮਸੀਤਾ ਪਿੰਡ ਆ ਡੱਬ ਵਾਲੀ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ ਵਾ। ਸੋ ਇਹ ਦੋ ਜਣੇ ਇੱਥੇ ਆਏ ਸੀਗੇ। ਇਸ ਤੋਂ ਪਹਿਲਾਂ 12 ਤਰੀਕ ਨੂੰ ਜਿਹੜੀ ਇਹ ਲੇਡੀ ਵੀਰਪਾਲ ਕੌਰ, ਉਹ ਵੀ ਇਹਨਾਂ ਦੋਨਾਂ ਦੇ ਨਾਲ ਆਈ ਸੀ, ਆ ਕੇ ਬਕਾਇਦਾ ਇਹਨਾਂ ਨੂੰ ਘਰ ਦਿਖਾ ਕੇ ਗਈ ਉਹ, ਜਿਹੜਾ ਇਹਦਾ ਰੈਜੀਡੈਂਸ ਸੀਗਾ ਕੋਟਖਾਲਟਾ ਦੇ ਵਿੱਚ। ਉਸ ਤੋਂ ਬਾਅਦ 12 ਤਰੀਕ ਨੂੰ ਇਹ ਜਿਸ ਦਿਨ ਇਹਨਾਂ ਨੇ ਕਤਲ ਕੀਤਾ, ਉਸ ਤੋਂ 1 ਰਾਤ ਪਹਿਲਾਂ ਆ ਕੇ ਇੱਥੇ ਰੁਕੇ ਸੀਗੇ ਇਹ ਜਿਹੜੇ ਦੋਨੇ ਬੰਦੇ ਸੀਗੇ। ਫਿਰ ਨੈਕਸਟ ਡੇ ਉੱਥੇ ਗਏ, ਉੱਥੇ ਜਾ ਕੇ ਇਹਨਾਂ ਨੇ ਬਕਾਇਦਾ ਬੈੱਲ ਵਜਾ ਕੇ ਉਸ ਲੇਡੀ ਨੂੰ ਕਿਹਾ ਕਿ ਸਾਨੂੰ ਤੇਰੇ ਹਸਬੈਂਡ ਨੇ ਭੇਜਿਆ ਵਾ, ਅਸੀਂ ਕੋਈ ਸਮਾਨ ਦੇਣ ਵਾਸਤੇ ਆਏ ਹਾਂ ਤੈਨੂੰ। ਉਹਦੇ ਨਾਲ ਈਵਨ ਗੱਲ ਕਰਾਈ ਇਹਨਾਂ ਨੇ ਫੋਨ ਦੇ ਉੱਤੇ। ਸੋ ਕਾਫੀ ਡੂੰਘਾਈ ਦੇ ਵਿੱਚ ਇਹਦੇ 'ਚ ਤਫਤੀਸ਼ ਕੀਤੀ ਆ। ਹੁਣ ਇਹਦੇ ਵਿੱਚ ਗੁਰਮਿੰਦਰ ਸਿੰਘ ਜਿਹੜਾ ਹੈ ਉਹਨੂੰ, ਔਰ ਜਿਹੜੀ ਲੇਡੀ ਹੈ ਵੀਰਪਾਲ ਕੌਰ ਉਹਨੂੰ, ਔਰ ਗੁਰਵਿੰਦਰ ਸਿੰਘ ਬਾਬਾ ਜਿਹਨੇ ਸਾਰਾ ਇਹਨਾਂ ਨੂੰ ਪਲੈਨਿੰਗ ਕਰਕੇ ਜਿਹੜੇ ਬੰਦੇ ਪ੍ਰੋਵਾਈਡ ਕੀਤੇ ਸੀ ਉਹਨਾਂ ਨੂੰ, ਤਿੰਨਾਂ ਨੂੰ ਅਸੀਂ ਅਰੈਸਟ ਕਰ ਲਿਆ ਵਾ। ਦੋ ਜਿਹੜੇ ਬੰਦੇ ਆ ਸੁਖਦੀਪ ਸਿੰਘ ਅਤੇ ਦੇਸਾ, ਇਹ ਅਰੈਸਟ ਕਰਨ ਵਾਲੇ ਆ। ਉਹਦੇ ਵਾਸਤੇ ਸਾਡੀ ਟੀਮ ਉੱਧਰ ਗਈ ਹੋਈ ਆ ਆਲਰੇਡੀ ਬਠਿੰਡਾ ਡੱਬ ਵਾਲੀ ਦੇ ਏਰੀਆ 'ਚ। ਮੈਨੂੰ ਉਮੀਦ ਹੈ ਕਿ ਸ਼ਾਮ ਤੱਕ ਜਾਂ ਕੱਲ੍ਹ ਤੱਕ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ। ਮੋਗਾ ਤੇ ਥਾਣਾ ਸਿਟੀ 1 ਵਿੱਚ 22 ਸਾਲਾ ਨੌਜਵਾਨ ਵੱਲੋਂ ਹਵਾਲਾਤ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਚੋਰੀ ਦੇ ਮਾਮਲੇ ਵਿੱਚ ਉਕਤ ਨੌਜਵਾਨ ਨੂੰ ਥਾਣੇ ਲਿਆਂਦਾ ਗਿਆ ਸੀ ਅਤੇ ਨੌਜਵਾਨ ਨੇ ਹਵਾਲਾਤ ਵਿੱਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਮੌਕੇ 'ਤੇ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਨੇ ਅਤੇ ਇਸ ਮਾਮਲੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਕੁਝ ਬੋਲਣ ਨੂੰ ਤਿਆਰ ਨਹੀਂ ਹੈ। ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਹੀ ਮ੍ਰਿਤਕ ਕੈਦੀ ਨੂੰ ਮਾਰਨ ਦੇ ਦੋਸ਼ ਲਗਾਏ ਨੇ, ਜਿਸ ਦੇ ਰੋਸ ਵਜੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਵਿਰੋਧ ਪ੍ਰਦਰਸ਼ਨ ਜਾਰੀ ਹੈ। ਉਧਰ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਬਾਹਰ ਅੱਜ ਮਰੀਜ਼ ਦੇ ਰਿਸ਼ਤੇਦਾਰਾਂ ਨੇ ਮਰੀਜ਼ ਦੀ ਮੌਤ ਹੋ ਜਾਣ 'ਤੇ ਜ਼ੋਰਦਾਰ ਹੰਗਾਮਾ ਕੀਤਾ ਅਤੇ ਐਂਬੂਲੈਂਸ ਖਰਾਬ ਹੋਣ ਕਾਰਨ ਮੌਤ ਹੋ ਜਾਣ ਦਾ ਦੋਸ਼ ਲਗਾਇਆ। ਉਧਰ ਨਾਲ ਗਏ ਡਾਕਟਰ ਨੇ ਵੀ ਆਪਣੇ 'ਤੇ ਕੁੱਟਮਾਰ ਦੇ ਦੋਸ਼ ਲਗਾਏ ਨੇ। ਹੰਗਾਮੇ ਉਪਰੰਤ ਮੌਕੇ 'ਤੇ ਪੁਲਿਸ ਨੇ ਹਾਲਾਤ ਨੂੰ ਕੰਟਰੋਲ ਵਿੱਚ ਕੀਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਦੋਂ ਉਹਨਾਂ ਦੀ ਮਾਤਾ ਨੂੰ ਲੈ ਕੇ ਜਾ ਰਹੇ ਸਨ ਪਰ ਐਂਬੂਲੈਂਸ ਵਿੱਚ ਆਕਸੀਜਨ ਨਹੀਂ ਚੱਲੀ, ਜਿਸ ਦੇ ਕਾਰਨ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਹੈ। ਉਧਰ ਪੁਲਿਸ ਮੁਤਾਬਕ ਅਜੇ ਤੱਕ ਉਹਨਾਂ ਨੂੰ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਪੁਲਿਸ ਨੇ ਆਖਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਸੋ ਇਸ ਦੇ ਨਾਲ ਸਬੰਧ ਆ ਗਿਆ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਤੁਸੀਂ ਚੜ੍ਹਦੀ ਕਲਾ ਟਾਈਮ ਟੀਵੀ। ਧੰਨਵਾਦ।